ਸਸਿਕਾਲ ਜੀ ਬੋੜੀ ਹੋਲੀ ਬਾਬਾ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਬਹੁਤ ਸਵਾਗਤ ਕਰਦਾ। ਦੋਸਤੋ ਪੁਰਾਣੀ ਕਹਾਵਤ ਆ ਕਿ ਮੂਲ ਨਾਲੋਂ ਵਿਆਹ ਜ਼ਿਆਦਾ ਪਿਆਰਾ ਹੁੰਦਾ ਤੇ ਇਹ ਕਹਾਵਤ ਵਰਤੀ ਜਾਂਦੀ ਆ ਦਾਦੇ ਦਾਦੀ ਤੇ ਪੋਤੇ ਪੋਤੀਆਂ ਦੇ ਪਿਆਰ ਦੇ ਲਈ ਕਿ ਦਾਦੇ ਦਾਦੀ ਪੋਤੇ ਪੋਤੀਆਂ ਦਾ ਪਿਆਰ ਆਪਸ ਵਿੱਚ ਬਹੁਤ ਜ਼ਿਆਦਾ ਹੁੰਦਾ ਤੇ ਦਾਦਾ ਦਾਦੀ ਜਿਹੜੇ ਹੁੰਦੇ ਆ ਆਪਣੇ ਬੱਚਿਆਂ ਨਾਲੋਂ ਵੀ ਵੱਧ ਕੇ ਪੋਤੇ ਪੋਤੀਆਂ ਨੂੰ ਪਿਆਰ ਕਰਦੇ ਆ। ਸੋ ਹੁਣ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਬਾਬਾ ਜੀ ਜਿਨ੍ਹਾਂ ਦੀ ਉਮਰ ਕਾਫੀ ਜ਼ਿਆਦਾ ਤੇ ਉਹਨਾਂ ਦੀ ਪੋਤੀ ਦੀ ਉਮਰ ਬਹੁਤ ਛੋਟੀ ਆ ਉਹਨਾਂ ਦੇ ਪਿਆਰ ਦੇ ਚਰਚੇ ਹੋ ਰਹੇ। ਬਹੁਤ ਜ਼ਿਆਦਾ ਦਾਦੇ ਤੇ ਪੋਤੀ ਦਾ ਆਪਸ ਵਿੱਚ ਪਿਆਰ ਆ, ਪੋਤੀ ਆਪਣੇ ਦਾਦੇ ਨਾਲ ਬਹੁਤ ਲਾਡ ਕਰਦੀ ਹੈ। ਸੋ ਆਓ ਆਪਾਂ ਸਭ ਤੋਂ ਪਹਿਲਾਂ ਇਸ ਪਿਆਰੀ ਜੀ ਵੀਡੀਓ ਨੂੰ ਪੂਰਾ ਵੇਖ ਲੈਂਦੇ ਆ। ਬਾਜੀ ਤੁਸੀਂ ਮੈਨੂੰ ਸਕੂਲੇ ਚੱਕਣ ਆਏ ਆ? ਅੱਛਾ ਮੇਰਾ ਨਾਮ ਕੀ ਆ? ਮੈਂ ਕੌਣ ਆ? ਮੈਂ ਕੌਣ ਆ? ਤੂੰ ਰਾਜਾ। ਗੁੱਡ ਨਾਈਟ। ਹਾਂ ਗੁੱਡ ਨਾਈਟ। ਗੁੱਡ ਨਾਈਟ। ਉਹ ਕਿੱਥੇ ਗਏ? ਲੱਗੀ ਆ ਗੁੱਡ ਨਾਈਟ। ਹਾਂ ਮੈਂ ਸੂਣ ਲੱਗੀ ਆ ਗੁੱਡ ਨਾਈਟ। ਅੱਛਾ ਸੋਰ ਗੁੱਡ ਨਾਈਟ। ਸੋ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਜਿਸ ਵਿੱਚ ਤੁਸੀਂ ਦਾਦੇ ਤੇ ਪੋਤੀ ਦੇ ਪਿਆਰ ਦੇ ਕੁਝ ਪਲ ਦੇਖੇ, ਪੋਤੀ ਆਪਣੇ ਦਾਦੇ ਨੂੰ ਕਿੰਨਾ ਪਿਆਰ ਕਰਦੀ ਹੈ ਤੇ ਦਾਦਾ ਆਪਣੀ ਪੋਤੀ ਨੂੰ ਕਿੰਨਾ ਪਿਆਰ ਕਰਦਾ, ਤੇ ਇਹ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਜਾ ਰਿਹਾ। ਸੋ ਦੋਸਤੋ ਮੈਨੂੰ ਉਮੀਦ ਆ ਕਿ ਇਹ ਵੀਡੀਓ ਦੇਖ ਕੇ ਤੁਹਾਨੂੰ ਵੀ ਆਪਣੇ ਦਾਦਾ ਜੀ ਦੀ ਯਾਦ ਆ ਗਈ ਹੋਊਗੀ। ਸੋ ਤੁਸੀਂ ਜੇਕਰ ਇਸ ਵੀਡੀਓ ਨੂੰ ਪਸੰਦ ਕੀਤਾ, ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ। ਹੋਰ ਤਾਜ਼ਾ ਅਪਡੇਟਸ ਲਈ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਆ ਰਹੇ ਬੈਲ ਦੇ ਬਟਨ 'ਤੇ ਕਲਿੱਕ ਕਰ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਸਭ ਤੋਂ ਪਹਿਲਾਂ ਪਹੁੰਚ ਸਕੇ। ਸੋ ਜੀ ਇੰਨੇ ਸ਼ਬਦਾਂ ਨਾਲ ਲੈਣੀ ਆ ਜਾਂ ਇੱਕ ਮਿਲਦੇ ਕਿਸੇ ਹੋਰ ਵੀਡੀਓ ਨਾਲ। ਸਤਿ ਸ਼੍ਰੀ ਅਕਾਲ ਜੀ।